ਸੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੌਰਵ ਗ੍ਰਹਿ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਸਿੱਧ ਭੋਈ ਜੀ, ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ, ਜਿੱਥੇ ਧੰਨ ਧੰਨ ਸ਼ਹੀਦ ਬਾਬਾ ਸਿੱਧ ਭੋਈ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹੀਦ ਬਾਬਾ ਸਿੱਧ ਭੋਈ ਜੀ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਧਾਲੀਵਾਲ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰ ਪ੍ਰਧਾਨ ਸ਼ੇਰ ਸਿੰਘ ਜੀ, ਕਾਲਾ ਸਿੰਘ ਪ੍ਰਧਾਨ, ਰੂਪ ਸਿੰਘ ਜੀ ਨੰਬਰਦਾਰ, ਬਾਬਾ ਮੱਖਣ ਸਿੰਘ ਜੀ, ਜਰਨੈਲ ਸਿੰਘ ਜੀ ਖੁੰਡੀ ਵਾਲੇ, ਭੂਰਾ ਸਿੰਘ ਜੀ ਡੱਲੇ ਕੇ, ਜਰਨੈਲ ਸਿੰਘ ਛੰਨਾ ਵਾਲੇ, ਗਵਿੰਦਰ ਸਿੰਘ ਜੀ ਬਾਵਾ, ਗਾਂਧੀ ਸਿੰਘ ਜੀ ਬੀਲੇ ਕਾ, ਨਿਰਮਲ ਸਿੰਘ ਭੀਮਾ, ਫਕੀਰ ਚੰਦ, ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਜੀ, ਬੇਅੰਤ ਸਿੰਘ ਜੀ, ਸੇਵਾਦਾਰ ਲਾਭ ਸਿੰਘ ਜੀ, ਜੀਤੀ ਸਿੰਘ ਡਾਲੀ ਵਾਲੇ ਅਤੇ ਕੀਰਤ ਸਿੰਘ ਬੀਲੇ ਵਾਲਾ ਦੇ ਦੇਖ ਰੇਖ ਹੇਠ ਸਮੁੱਚੀ ਸੰਗਤ ਦੇ ਸਹਿਯੋਗ ਨਾਲ, ਸਮੁੱਚੇ ਸੇਵਾਦਾਰ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ 37 ਸ਼੍ਰੀ ਅਖੰਡਪਾਠ ਸਾਹਿਬ ਅਤੇ 11 ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਸੰਤ ਬਾਬਾ ਰਾਮ ਸਿੰਘ ਜੀ ਗੁਰਥੜੀ ਵਾਲੇ ਅਤੇ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਘਰਾਂਗਣੀ ਵਾਲਿਆਂ ਤੋਂ ਇਲਾਵਾ ਪ੍ਰਸਿੱਧ ਢਾਡੀ ਜਥਾ ਬੀਬੀ ਸੁਖਪਾਲ ਕੌਰ ਬੜਬਰ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਹਨਾਂ ਸਮਾਗਮਾਂ ਮੌਕੇ ਜਿੱਥੇ SGPC ਮੈਂਬਰ ਜਥੇਦਾਰ ਪਰਮਜੀਤ ਸਿੰਘ ਜੀ ਖਾਲਸਾ ਪੁੱਜੇ ਹੋਏ ਸਨ, ਉੱਥੇ ਸੰਤ ਬਾਬਾ ਲਾਲ ਸਿੰਘ ਜੀ ਗੁਰਦੁਆਰਾ ਕਥਾ ਪ੍ਰਕਾਸ਼ ਧੂਰਕੋਟ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ, ਜਿਨ੍ਹਾਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਭੇ ਦੀ ਸੰਭਾਲ, ਆਪਣੀ ਮਿਹਰ ਕਰ, ਸਭੇ ਦੀ ਸੰਭਾਲ, ਆਪਣੀ ਮਿਹਰ ਕਰ, 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 ਅੰਨ ਪਾਣੀ ਮੁਝ ਉਪਰ
ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭੇ ਜੀ ਸਮਾਰ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਅਰਦਾਸ ਸੁਣੀ ਦਾਤਾਰ, ਸੁਣੀ ਦਾਤਾਰ, ਅਰਦਾਸ ਸੁਣੀ ਦਾਤਾਰ, ਅਰਦਾਸ ਸੁਣੀ ਦਾਤਾ, ਸੁਣੀ ਦਾਤਾ, ਅਰਦਾਸ ਸੁਣੀ ਦਾਤਾ, ਸੁਣੀ ਦਾਤਾ, ਅਰਦਾਸ ਸੁਣੀ ਦਾਤਾ, ਸੁਣੀ ਦਾਤਾ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭੇ ਦੀ ਸਮਾਰ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ।
ਕੰਠ ਲਗਾਏ, ਕੰਠ ਲਗਾਏ, ਲੇ ਵੋ ਕੰਠ ਲਗਾਏ, ਕੰਠ ਲਗਾਏ, ਅਪਦਾ ਸਭ ਹਰ, ਅਪਦਾ ਸਭ ਮਾਰਦੀਆਂ ਭਾਗ ਦੇ ਆ।
ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜਾਗਦੀਆਂ ਜੋਗਦੀਆਂ ਕੌਮਾਂ ਦੀ ਰਹਿੰਦੀ ਹੈ ਜਲੂਸ ਨਿਸ਼ਾਨੀ ਦੇ ਸਮੇਂ ਬਾਗਾਂ ਅਨੁਸਾਰ ਮਹਾਨ ਸ਼ਹੀਦ ਬਾਬਾ ਸਿੱਖ ਗੁਰਜ ਦੇ ਸ਼ਹੀਦੀ ਨੂੰ ਸਮਰਪਿਤ 1 ਤਰੀਕ ਤੋਂ ਲੈ ਕੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਨਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕਰਕੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਜੋ ਚੱਲਦੀ ਆ ਰਹੀ ਹੈ ਸਤਸੰਗ ਦੀ ਕੱਲ੍ਹ ਸਮਾਪਤ ਵੀ ਹੈ ਅਤੇ ਅੱਜ ਸਹਿਜ ਪਾਠਾਂ ਦੇ ਭੋਗ ਪਾਏ ਗਏ ਨੇ ਸਾਰੀ ਰਾਤ ਰਹਿਣ ਸੁਣਾਈ ਸਤਿਗੁਰਾਂ ਦਾ ਜਸ ਗਾਇਨ ਸਤਸੰਗ ਹੋ ਰਿਹਾ ਹੈ ਸੰਗਤਾਂ ਨੇ ਸ਼ਾਮ ਨੂੰ ਲੈ ਕੇ ਸਤਸੰਗ ਤਕਰੀਬਨ 2:30-3 ਵਜੇ ਤੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਸਤਸੰਗ ਨਕ ਵਸਤਰ ਹੋ ਕੇ ਪਾਪ ਜਿਵੇਂ ਆਪਾਂ ਆਮ ਗੱਲ ਕਰਦੇ ਹਾਂ ਵੀ ਚੌਂਕੀਆਂ ਭਰੀਆਂ ਸਤਸੰਗ ਉਹਨਾਂ ਮਹਾਤਮਾ ਦੀ ਉਹਨਾਂ ਸ਼ਹੀਦਾਂ ਦੀ ਉਹਨਾਂ ਸੂਰਬੀਰ ਯੋਧਿਆਂ ਦੇ ਪਾਏ ਹੋਏ ਟੋਰੀਆਂ ਦੇ ਜੋ ਆਪਾਂ ਚੱਲਣ ਦਾ ਸਤਸੰਗ ਜਤਨ ਕਰ ਰਹੇ ਹਾਂ ਉਦਮ ਕਰ ਰਹੇ ਹਾਂ ਸਾਰੇ ਸੰਗਤਾਂ ਜੀ ਬੜੇ ਭੰਡ ਭਾਗਾਂ ਵਾਲੇ ਆ ਜਿਨ੍ਹਾਂ ਦੇ ਰਲ ਮਿਲ ਕਰਕੇ ਸਤਸੰਗ 1 ਤਰੀਕ ਤੋਂ ਲੈ ਕੇ ਸਾਰੇ ਨਗਰ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਬੜੀ ਸੇਵਾ ਕੀਤੀ ਜਾ ਰਹੀ ਹੈ। ਹੁਣ ਜਿਸ ਤਰ੍ਹਾਂ ਬਾਣੀ ਦੇ ਪ੍ਰਵਾਹ ਚੱਲੇ ਨੇ ਸਤਸੰਗ ਦੇ ਸੰਗਤਾਂ ਨੇ ਸੇਵਾ ਵੀ ਕੀਤੀ ਹੈ ਪਰ ਇੱਕ ਗੱਲ ਨੋਟ ਕਰਿਓ ਇਹ ਕੀਤੀ ਹੋਈ ਸੇਵਾ ਔਰ ਬੜੀ ਹੋਈ ਗੁਰਬਾਣੀ ਕੀਤੀ ਹੋਈ ਸਤਸੰਗਤ ਤਾਂ ਲੇਖੇ ਦੇ ਵਿੱਚ ਪੈਂਦੀ ਹੈ ਉਹਨਾਂ ਦੀ ਲੇਖੇ ਵਿੱਚ ਪੈਣੀ ਹੈ ਜਿਨ੍ਹਾਂ ਨੇ ਬਾਣੀ ਦਾ ਬਚਨ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਪਾਓ ਪਹਿਲਾਂ ਸੁਣ ਲਈ ਗੱਲ ਸਤਸੰਗ ਜੀ ਫਿਰ ਉਹਨੂੰ ਮੰਨ ਲਿਆ ਮੰਨ ਕੇ ਪਾਵੋ ਤੇ ਅਮਲ ਕੀਤਾ ਮਨ ਦੇ ਵਿੱਚ ਫਿਰ ਸਤਸੰਗ ਜੀ ਵਸਾ ਲਿਆ ਤੇ ਜਿਨ੍ਹਾਂ ਨੇ ਇਹ ਗੱਲਾਂ ਸਤਸੰਗ ਜੀ ਜ਼ਿੰਦਗੀ ਜੀਵਨ ਦੇ ਵਿੱਚ ਲਾਗੂ ਕਰ ਲਈਆਂ ਦੁਨੀਆਂ ਦੀ ਕੋਈ ਤਾਕਤ ਨਹੀਂ ਵੀ ਉਹਨਾਂ ਸਤਸੰਗ ਸੇਵਾ ਦਾ ਜਾਂ ਸਿਮਰਨ ਦਾ ਬਾਣੀ ਦਾ ਪੜ੍ਹਨ ਦਾ ਸੁਣਨ ਦਾ ਸਾਨੂੰ ਕੋਈ ਫਲ ਪ੍ਰਾਪਤ ਨਾ ਹੋਵੇ ਪਰਮਾਤਮਾ ਵੱਲੋਂ ਸਾਨੂੰ ਦਾਤ ਪ੍ਰਾਪਤ ਨਾ ਹੋਵੇ ਦੁਨੀਆਂ ਦੇ ਵਿੱਚ ਤਾਕਤ ਦੀ ਲੋੜ ਨਹੀਂ ਸਤਸੰਗ ਹੁਣ ਬਾਬਾ ਸਿੱਧ ਕੋਈ ਜਿਨ੍ਹਾਂ ਨੂੰ ਆਪਾਂ ਮਹਾਨ ਸ਼ਹੀਦ ਕਹਿੰਦੇ ਹਾਂ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਨੂੰ ਸਮਰਪਿਤ ਆਪਾਂ ਇੱਕ ਤਾਂ ਸਲਾਮੀ ਸਮਾਗਮ ਮਨਾਉਂਦੇ ਹਾਂ ਵੀ ਸਾਲ ਬਾਅਦ ਜਿਹੜਾ ਕਾਫੀ ਸਮੇਂ ਤੋਂ ਲੰਮਾ ਚੱਲਦਾ ਆ ਰਿਹਾ ਮਹੀਨਾ ਵਾਰੀ ਸਮਾਗਮ ਹੈ ਦੇਸ ਦਾ ਸਿਹਾਦਾ ਸਤਸੰਗ ਤਕਰੀਬਨ ਬਾਕੀ ਰੋਜ਼ ਦੀ ਤਰ੍ਹਾਂ ਸੰਸਥਾ ਨਕ ਮਸਤਕ ਇੱਥੇ ਹੁੰਦੀ ਹੈ ਆਪਾਂ ਦੇਖਦੇ ਹਾਂ ਰੋਜ਼ ਸਾਰੇ ਵੀ ਕੋਈ ਕਿਸੇ ਭਾਵਨਾ ਕਰਕੇ ਆਉਂਦਾ ਹੈ ਕੋਈ ਕਿਸੇ ਭਾਵਨਾ ਕਰਕੇ ਉਹਨਾਂ ਮਹਾਂਪੁਰਖਾਂ ਨੂੰ ਸਮਰਪਿਤ ਹੁੰਦਾ ਹੈ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਵਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਕੌਮਾਂ ਦੁਨੀਆਂ ਤੇ ਜਾਗਦੀਆਂ ਨੇ ਉਹਨਾਂ ਦਾ ਨਾਮ ਰਹਿੰਦਾ ਹੈ ਜਿਹੜੀਆਂ ਆਪਣੇ ਵੱਡੇ ਵਡੇਰਿਆਂ ਨੂੰ ਸਤਸੰਗ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਉਹਨਾਂ ਦੇ ਜਨਮ ਦਿਨ ਮਨਾਉਣੇ ਉਹਨਾਂ ਦੀਆਂ ਬਰਸੀਆਂ ਮਨਾਉਣੀਆਂ ਆਪਣੇ ਬਜ਼ੁਰਗਾਂ ਨੂੰ ਯਾਦ ਵੀ ਕਰਦੇ ਆ ਉਹਨਾਂ ਦੇ ਪਾਏ ਹੋਏ ਪੂਰੀਆਂ ਦੀ ਚੱਲਣ ਦਾ ਵੀ ਯਤਨ ਕਰਦੇ ਤਿੰਨੋ ਚੱਕ ਚਾਹੁੰਦੇ ਨੇ
Thank you.
ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਉਪਰੰਤ ਪੁੱਜੀਆਂ ਸ਼ਖਸੀਅਤਾਂ ਦਾ ਅਤੇ ਸੇਵਾਦਾਰਾਂ ਦਾ ਸਰੋਪ ਭਾਵ ਦੇ ਕੇ ਸਨਮਾਨ ਵੀ ਕੀਤਾ ਗਿਆ। ਅਖੀਰ ਸਾਡੇ ਰਿਪੋਰਟਰ ਗੌਰਵ ਕਾਕ ਸ਼ੇਪਰ ਨਾਲ ਗੱਲਬਾਤ ਕਰਦਿਆਂ ਸ਼ਹੀਦ ਬਾਬਾ ਸਿੱਧ ਭੋਈ ਜੀ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਪ੍ਰਧਾਨ ਸ਼ੇਰ ਸਿੰਘ ਜੀ, ਕਾਲਾ ਸਿੰਘ ਪ੍ਰਧਾਨ, ਰੂਪ ਸਿੰਘ ਜੀ ਨੰਬਰਦਾਰ, ਬਾਬਾ ਮੱਖਣ ਸਿੰਘ ਜੀ, ਜਰਨੈਲ ਸਿੰਘ ਖੁੰਡੀ ਵਾਲੇ, ਪੂਰਾ ਸਿੰਘ ਡੱਲੇ ਕੇ, ਜਰਨੈਲ ਸਿੰਘ ਛੰਨਾ ਵਾਲੇ, ਗੋਬਿੰਦਰ ਸਿੰਘ ਬਾਵਾ, ਗਾਂਧੀ ਸਿੰਘ ਬੀਲੇਕਾ, ਨਿਰਮਲ ਸਿੰਘ ਭੀਮਾ, ਫਕੀਰ ਚੰਦ, ਹੈੱਡ ਗ੍ਰਾਂਥੀ ਗੁਰਪ੍ਰੀਤ ਸਿੰਘ ਜੀ, ਬੇਅੰਤ ਸਿੰਘ ਜੀ, ਸੇਵਾਦਾਰ ਲਾਭ ਸਿੰਘ ਜੀ, ਜੀਤੀ ਸਿੰਘ ਡਾਲੀ ਵਾਲੇ, ਕੀਰਤ ਸਿੰਘ ਬੀਲੇਕਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਵਾਹਿਗੁਰੂ 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 ਵਾਹਿ
ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਾਅਦ ਜੋ ਨਗਰ ਧੂਰਕੋਟ ਦੀ ਸਾਧ ਸੰਗਤ ਦੇ ਨਾਲ ਸ਼ਹੀਦ ਬਾਬਾ ਸਿੱਧ ਪੁਜ ਦੇ ਸਥਾਨਾਂ 'ਤੇ ਕਾਰ ਸੇਵਾ ਚੱਲ ਰਹੀ ਹੈ ਅਤੇ ਧੂਮ ਧਮਾਮ ਨਾਲ ਤੇਰਸ ਦਾ ਦਿਹਾੜਾ ਮਨਾਇਆ ਜਾਂਦਾ, ਜਿਹੜਾ ਕਿ 1 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸ਼੍ਰੀ ਖੰਡ ਪਾਠ ਪ੍ਰਕਾਸ਼ 37 ਸਨ ਅਤੇ ਇਸ ਦੇ ਨਾਲ ਹੀ ਆਪਣੇ 11 ਸਹਿਜ ਪਾਠ ਸਨ
ਅਤੇ ਲੋਕਾਂ ਨੇ ਬੜੇ ਸਾਡੇ ਨਾਲ ਸਾਥ ਦਿੱਤਾ। ਅਸੀਂ ਸਾਰੀ ਸੰਗਤ ਪਿੰਡ ਧੂਰਕੋਟ ਦੇ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਹੀਦ ਬਾਬਾ ਸਤਪੁਜ ਦੇ ਸਥਾਨ 'ਤੇ 1 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ। ਸਾਰੇ ਪਿੰਡ ਨੇ, ਸਾਰੀ ਸੰਗਤ ਨੇ ਧੂਮਧਾਮ ਦੇ ਨਾਲ ਜਿਹੜੇ ਅਖੰਡ ਪਾਠ ਪ੍ਰਕਾਸ਼ ਕਰਵਾਏ ਸੀ। ਸਾਰਿਆਂ ਨੂੰ ਪਿੰਡ ਦੇ ਵੱਲੋਂ, ਬੜੀ ਨੌਜਵਾਨਾਂ ਵੱਲੋਂ, ਮਾਈਆਂ ਵੱਲੋਂ, ਭੈਣਾਂ ਵੱਲੋਂ, ਸਾਰਿਆਂ ਵੱਲੋਂ ਸੇਵਾ ਕਰੀ ਗਈ ਹੈ। ਅੱਜ 20 ਤਰੀਕ ਨੂੰ ਮਹਾਨ ਸ਼ਹੀਦ ਬਾਬਾ ਸਤਪੁਜ ਦੇ ਸਥਾਨ ਦੇ ਉੱਤੇ ਜਿਹੜੀ ਤੇਰਸ ਪੱਕੀ ਤੇਰਸ ਦੀ ਮਿੱਟੀ ਮਨਾਈ ਜਾਂਦੀ ਹੈ, ਉਹਦੇ ਕਰਕੇ ਸਾਰਾ ਮਹਾਨ ਸ਼ਹੀਦ ਬਾਬਾ ਸਤਪੁਜ ਦੇ ਸਥਾਨ 'ਤੇ ਸਾਰੇ ਪਿੰਡ ਦੇ ਵੱਲੋਂ ਰੌਣਕ ਜਿਹੜੀ ਲਾਈ ਗਈ ਅਤੇ ਧੂਮਧਾਮ ਦੇ ਨਾਲ ਸੇਵਾ ਲਈ। ਪਿੰਡ ਧੂਰਕੋਟ ਸ਼ਹੀਦ ਬਾਬਾ ਸਤਪੁਜ ਦੇ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਪੱਕੀ ਤੇਰਸ ਮਨਾਈ ਜਾਂਦੀ ਹੈ। ਪਿੰਡ ਧੂਰਕੋਟ ਦਾ ਨਗਰ ਦਾ ਬਹੁਤ ਸਹਿਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਅਖੰਡ ਪਾਠ ਪ੍ਰਕਾਸ਼ ਕਰਿਆ, ਵੱਡੇ ਵੱਡੇ ਸਾਡੇ ਲੰਗਰ ਲਾਏ ਜਾ ਰਹੇ ਹਨ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਮਹਾਨ ਸ਼ਹੀਦ ਸ਼ਹੀਦ ਬਾਬਾ ਸਿੱਧਭੋਈ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸਾਰੇ ਧੂਰਕੋਟ ਦੇ ਨਗਰ ਨਿਵਾਸੀਆਂ ਵੱਲੋਂ ਬਾਬਾ ਜੀ ਦੀ ਮੈਨੇਜਮੈਂਟ ਕਮੇਟੀ ਵੱਲੋਂ, ਜਿਸ ਦੇ ਪ੍ਰਧਾਨ ਸਰਦਾਰ ਸ਼ੇਰ ਸਿੰਘ ਜੀ ਧਾਲੀਵਾਲ, ਪ੍ਰਧਾਨ ਕਾਲਾ ਸਿੰਘ ਜੀ ਧਾਲੀਵਾਲ, ਰੂਪ ਸਿੰਘ ਜੀ ਨੰਬਰਦਾਰ, ਮੱਖਣ ਸਿੰਘ ਜੀ ਬਾਬਾ ਵੱਲੋਂ ਤਥਾ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਬੜੀ ਧੂਮਧਾਮ ਦੇ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਭਾਵੇਂ ਮੈਨੇਜਮੈਂਟ ਕਮੇਟੀ ਆ ਬਾਬਾ ਸਤਪੁਜ ਸਾਹਿਬ ਦੀ, ਪਰ ਸਮੁੱਚਾ ਨਗਰ, ਜਿਵੇਂ ਮੈਂ ਸਾਡੇ ਜਿਹੜੇ ਪ੍ਰਬੰਧਕ ਸਾਥੀ ਹੈ, ਮੈਂ ਉਹਨਾਂ ਦੇ ਨਾਂ ਲਵਾਂ, ਸਤਨਾਮ ਸਿੰਘ ਜੀ ਧਾਲੀਵਾਲ, ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਸਤਨਾਮ ਸਿੰਘ ਜੀ ਜੋੜਾਂ ਦੇ ਪਰਿਵਾਰ ਵਿੱਚੋਂ, ਲਾਡੀ ਕਾਕਾ, ਸਾਰੇ ਹੀ ਮਤਲਬ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਡਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ, ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ। ਜਿਹੜੇ ਸ਼ਹੀਦ ਨੇ ਇਹ ਕੌਮ ਦਾ ਸਰਮਾਇਆ ਹੁੰਦੇ ਨੇ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ ਉਹ ਕੌਮਾਂ ਵਾਸਤੇ ਇੱਕ ਅਣਖ ਔਰ ਗੈਰਤ ਦੇ ਸਮਾਨ ਹੁੰਦੀਆਂ ਨੇ। ਸੋ ਸਾਰਾ ਨਗਰ ਵਧਾਈ ਦਾ ਪਾਤਰ ਹੈ, ਧੰਤਾ ਦਾ ਪ੍ਰਤੀਕ ਹੈ। ਸਮੁੱਚੀਆਂ ਸਾਰੀਆਂ ਨਗਰ ਦੀਆਂ ਸੰਗਤਾਂ ਵੱਲੋਂ ਆਪਣੇ ਤਨ ਮਨ ਔਰ ਧਨ ਦੇ ਨਾਲ 1 ਜੂਨ ਤੋਂ ਲੈ ਕੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਸਨ, ਜਿਨ੍ਹਾਂ ਦੇ ਸ਼ਿਫਟ ਵਾਈਜ਼ ਭੋਗ ਪਾਏ ਜਾਂਦੇ ਸੀ। ਸੋ 19 ਤਰੀਕ ਨੂੰ ਸਾਰੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਸੀ ਉਹਨਾਂ ਦਾ ਸਾਰੇ ਸਮਾਗਮ ਭੋਗ ਦੇ ਪੂਰਨ ਹੋਣ ਉਪਰੰਤ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸੀ ਤੇਰਸ ਦੇ ਦਿਹਾੜੇ ਨੂੰ। ਅੱਜ ਉਹ ਤੇਰਸ ਦਾ ਦਿਹਾੜਾ 20 ਜੂਨ ਦਾ, ਸੰਗਤਾਂ ਬੜੀ ਧੂਮਧਾਮ ਦੇ ਨਾਲ ਪੂਰੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ। ਸਵੇਰ ਸਮੇਂ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਹਰਜਸ ਕੀਰਤਨ ਦੇ ਨਾਲ ਸੰਤ ਬਾਬਾ ਰਾਮ ਸਿੰਘ ਜੀ, ਸੰਤ ਬਾਬਾ ਰਾਜਵਿੰਦਰ ਸਿੰਘ ਜੀ ਘਰਾਣੇ ਵਾਲੇ, ਉਹਨਾਂ ਵੱਲੋਂ ਹਰਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਸ ਤੋਂ ਉਪਰੰਤ ਢਾਡੀਆਂ ਵੱਲੋਂ ਦੀਵਾਨ ਸਜਾਏ ਗਏ ਨੇ। ਸੋ ਸੰਗਤਾਂ ਸਾਰੀਆਂ ਵਧਾਈ ਦੀਆਂ ਪ੍ਰਤੀਕ ਨੇ, ਧੰਤਾ ਦੇ ਸਾਰੇ ਪ੍ਰਤੀਕ ਨੇ, ਕਿਉਂਕਿ ਸਾਡਾ ਜਿਹੜਾ ਸਮੁੱਚਾ ਧੂਰਕੋਟ ਦਾ ਨਗਰ ਹੈ, ਸਾਡੇ ਬ੍ਰਹਮ ਗਿਆਨੀ
ਸੰਤ ਬਾਬਾ ਬਰਿਆਮ ਸਿੰਘ ਜੀ ਹੁਣਾਂ ਦਾ ਐਸਾ ਆਸ਼ੀਰਵਾਦ ਹੈ ਪਿੰਡ ਨੂੰ, ਉਹਨਾਂ ਦੇ ਐਸੇ ਸੰਸਕਾਰ ਸਾਡੇ ਲੋਕਾਂ ਨੂੰ ਮਿਲੇ ਨੇ। ਹਮੇਸ਼ਾ ਸਮਾਜ ਸੇਵਾ ਨੂੰ, ਧਾਰਮਿਕ ਸੇਵਾ ਨੂੰ ਸਾਡਾ ਜਿਹੜਾ ਨਗਰ ਹੈ ਉਹ ਹਮੇਸ਼ਾ ਤਤਪਰ ਰਹਿੰਦਾ। ਉਹ ਚਾਹੇ ਕਿਤੇ ਕੋਈ ਫਲੱਡ ਦੀ ਗੱਲ ਹੋਵੇ, ਕਿਤੇ ਚਾਹੇ ਕੋਈ ਦੰਗਾ ਪੀੜਿਤ ਦੀ ਗੱਲ ਹੋਵੇ, ਕਿਤੇ ਵੀ ਕੋਈ ਸਮਾਜਿਕ ਕੋਈ ਤੋੜ ਆਉਂਦੀ ਹੈ, ਕੋਈ ਕਿਸੇ ਕਿਸਮ ਦੀ ਕੋਈ ਕਿਸੇ 'ਤੇ ਕਠਿਨਾਈ ਆਉਂਦੀ ਹੈ ਸਮਾਜ ਦੇ ਵਿੱਚ, ਹਮੇਸ਼ਾ ਜਿਹੜਾ ਸਾਡਾ ਨਗਰ ਹੈ ਉਹ ਮੋਹਰੀ ਰੋਲ ਅਦਾ ਕਰਦਾ। ਇਹ ਸੰਤਾਂ ਦਾ ਉਪਦੇਸ਼ ਹੀ ਸਾਡੀ ਸੰਗਤ ਨੂੰ ਐਸਾ ਮਿਲਿਆ। ਸੋ ਇੱਕ ਵਾਰ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਤਨ ਮਨ ਧਨ ਦੇ ਨਾਲ ਇਸ ਗੁਰੂ ਘਰ ਦੀਆਂ ਸੇਵਾਵਾਂ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਜੀ। ਸੋ ਜਿਹੜੇ ਰਹਿੰਦੇ ਸਮਾਗਮ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਇੰਨੀਆਂ ਕੁ ਬੇਨਤੀਆਂ ਕਰਦਾ ਦਾਸ ਸਿਮਾਂ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗਏ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਸੇਵਾਦਾਰਾਂ ਵੱਲੋਂ ਥਾਂ ਥਾਂ 'ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਸਗੰਜਵੀ ਦੀਆਂ ਛਬੀਲਾਂ, ਗੰਨੇ ਦੇ ਰਸ ਦੇ ਲੰਗਰ ਅਟੁੱਟ ਵਰਤਾਏ ਗਏ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਵੀ ਵੰਡੇ ਗਏ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਿਹਾ ਸੀ। ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਦੀ ਧਰਤੀ 'ਤੇ ਧੰਨ ਧੰਨ ਸ਼ਹੀਦ ਬਾਬਾ ਸਿੱਧ ਭੋਈ ਦੀ ਯਾਦ ਵਿੱਚ ਸਫਲਤਾਪੂਰਵਕ ਸੰਪੰਨ ਹੋਏ ਇਸ ਸਾਲਾਨਾ ਜੋੜ ਮੇਲੇ ਨੂੰ ਸੰਗਤਾਂ ਆਉਂਦੇ ਸਾਲ ਤੱਕ ਮਨਾਂ 'ਚ ਸਮੋਈ ਰੱਖਣਗੀਆਂ। ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਤੋਂ ਗੌਰਵ ਗਰਗ ਸ਼ੇਰਪੁਰ ਦੀ ਇਹ ਖਾਸ ਰਿਪੋਰਟ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾ ਨਿਤ ਤੇਰੇ, ਗੁਣ ਗਾਵਾ ਨਿਤ ਤੇਰੇ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਗੁਣ ਗਾਵਾ ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਗੁਣ ਗਾਵਾ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਸਤਨਾਮ ਸ੍ਰੀ ਵਾਹਿਗੁਰੂ।
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ ਗਾਲੀ ਹੋਚੀਆਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਵਿਸਰ ਨਾਹੀਂ ਸਾਧੂ ਸੰਗ ਨਸੈ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨ ਪਾਇਨ ਮੂਲ ਨਾਮ ਵਿਛੁੰਨਿਆ ਨਾਮ ਵਿਛੁੰਨਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਮਾਇਆ ਤੰਦਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ
ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਨਾ ਸਰ ਪਰ ਹਾਰਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜੋਨੀ ਪਰਮ ਤੇ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170 36301 ਅਤੇ 98141 36301